ਮੁਲਾਜ਼ਮ ਆ ਭਾਜੀ? ਦੁੱਧ ਵਾਲੇ ਹੋ? ਮੁਲਾਜ਼ਮ ਕੌਣ ਹੈ ਇੱਥੇ? ਕੋਈ ਵੀ ਨਹੀਂ ਆ? ਤੁਸੀਂ ਆ? ਸਰਕਾਰੀ ਦਫ਼ਤਰ 'ਚ ਦਾਰੂ ਪੀਣਾ ਪੀ ਸਕਦੇ ਤੁਸੀਂ? ਕੀ ਅਹੁਦਾ ਤੁਹਾਡਾ ਇੱਥੇ? ਨਹੀਂ ਕੀ ਨਾਂ ਜੀ ਆਪਣਾ? ਨਹੀਂ ਨਾਂ ਕੀ ਹੈ ਜੀ ਆਪਣਾ? ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ ਜੀ, ਕੁੱਤੇ ਨਾਂ ਕੀ ਹੈ ਤੁਹਾਡਾ? ਨਾਂ ਕੀ ਹੈ ਸਰ? ਨਾਂ ਕੀ ਹੈ ਤੁਹਾਡਾ? ਨਾਂ ਕੀ ਹੈ ਸਰ? ਜੀਤ ਰਾਮ ਜੀ। ਤੁਸੀਂ ਦੇਖ ਸਕਦੇ ਹੋ ਇੱਕ ਬੰਦਾ ਜਿਹੜਾ ਬੈਠੀ ਉਹ ਮੋਟਰਸਾਈਕਲ ਲੈ ਕੇ ਚੱਕ ਚਲਾ ਗਿਆ ਆ, ਅਤੇ ਇਹ BWD ਦਾ ਜਿਹੜਾ ਦਫ਼ਤਰ ਆ ਉਹਦੇ ਵਿੱਚ ਜਿਹੜੀ ਆ ਸ਼ਰੇਆਮ ਜਿਹੜੀ ਰਾਤ ਨੂੰ ਦਾਰੂ ਚੱਲਦੀ ਪਈ ਆ, ਅਤੇ ਤੁਸੀਂ ਦੇਖ ਸਕਦੇ ਹੋ ਮੁਲਾਜ਼ਮ ਨੇ ਜਿਹੜਾ ਨਾਲ ਉਹਨਾਂ ਦੀ ਰਲਿਆ ਹੋਇਆ ਹੈ। ਜੀਤ ਰਾਮ ਜੀ, ਕਿੰਨੇ ਚਿਰ ਤੋਂ ਇਹ ਕੰਮ ਚੱਲਦਾ ਜੀ? ਇਹ ਅੱਜ ਹੀ ਆਏ ਸਰ। ਅੱਛਾ, ਦੁੱਧ ਪਾਣ ਆਏ? ਦੁੱਧ ਪਾਣ ਆਉਂਦੇ ਵਿਚਾਰੇ, ਅੱਗੇ ਵੀ ਦੁੱਧ ਪਾ ਜਾਂਦੇ। ਕਿੱਥੇ ਪਾਉਂਦੇ ਜੀ ਦੁੱਧ? ਇਹਨਾਂ ਦਫ਼ਤਰ ਹੀ ਇੱਥੇ ਚੌਂਕ ਤੇ ਦੁੱਧ ਪਾ ਕੇ ਜਾਂਦੇ ਭਾਜੀ। ਆਪਾਂ ਦੁੱਧ ਲਿਆ ਹੁਣ। ਤੇ ਕਿੰਨੇ ਜਾਣੇ ਦੁੱਧ ਪਾ ਕੇ ਜਾਂਦੇ ਜੀ? ਇੱਕੋ ਜਾਂਦੇ ਭਾਜੀ, ਉਹ ਭਰਾ ਬ੍ਰਦਰ ਮੇਰਾ। ਆ ਜਨਰੇਟਰ ਦਾ ਲੈਣ ਲਾਇਆ ਸਮਾਨ। ਇਹ ਤਾਂ ਜਨਰੇਟਰ ਲਿਆ ਜੋ ਸਮਾਨ ਲੈਣਾ। ਤੇ ਜਿਹੜਾ ਦੂਸਰਾ ਬੰਦਾ ਗਿਆ ਜੀ ਉਹ? ਆਹੀ ਉਹ ਭਾਜੀ, ਉਹ ਸਮਾਨ ਦੇ ਗਿਆ, ਜਨਰੇਟਰ ਲਿਆ ਜੀ, ਉਹ ਤੋਂ ਸਮਾਨ ਦੇ ਗਿਆ। ਇਹ ਤੁਹਾਡਾ ਅਹੁਦਾ ਕੀ ਹੈ ਜੀ? ਤੁਸੀਂ ਕਿਹੜਾ ਕੰਮ ਕਰਦੇ ਜੀ ਇੱਥੇ? ਕਾਹਦੇ ਤੇ ਡਿਊਟੀ ਹੈ ਤੁਹਾਡੀ? ਬੇਲਦਾਰ ਹਾਂ ਜੀ। ਬੇਲਦਾਰ ਹੈ ਜੀ। ਤੇ ਜਿਹੜੇ ਇਹਨੇ ਮਤਲਬ ਜਿਹੜੀ ਬੋਤਲ ਖੋਲ ਕੇ ਪੈਗ ਲਾਏ ਜਾ ਰਹੇ ਸੀਗੇ, ਤੁਹਾਡੀ ਨਿਗਰਾਨੀ ਦੇ ਵਿੱਚ ਜਿਹੜਾ ਦਫ਼ਤਰ ਆ ਗੇਟ ਖੁੱਲੇ ਪਏ ਆ। ਸੋਰੀ ਸਰ, ਗਲਤੀ। ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਦੇ ਵਿੱਚ, ਇਹ ਹੁਸ਼ਿਆਰਪੁਰ ਦੇ ਜਿਹੜੇ ਨੈਸ਼ਨਲ ਹਾਈਵੇ ਦੇ ਜਿਹੜੇ ਦਫ਼ਤਰ ਦਾ ਇਹ ਹਾਲ ਹੈ ਜੀ, ਕਿ ਇੱਥੇ ਜਿਹੜੇ ਬੇਲਦਾਰ ਵੱਲੋਂ ਜਿਹੜੀ ਆ ਬਿਠਾ ਕੇ ਦਾਰੂ ਪਲਾਈ ਜਾ ਰਹੀ ਆ। ਸਰ, ਇੱਕ ਰਾਤੀ ਮਾਮਲਾ ਸਾਹਮਣੇ ਆਇਆ ਕਿ ਤੁਹਾਡੇ ਦਫ਼ਤਰ ਦੇ ਵਿੱਚ ਜਿਹੜਾ ਇੱਕ ਬੇਲਦਾਰ ਜੀਤ ਰਾਮ ਕੁਛ ਕੁ ਵਿਅਕਤੀਆਂ ਨਾਲ ਦਾਰੂ ਪੀਂਦੇ ਜਿਹੜੇ ਆਪਣੇ ਦਫ਼ਤਰ ਸਰਕਾਰੀ ਵਿੱਚ ਬੈਠੇ ਸੀਗੇ, ਕੀ ਕਹਿਣਾ ਤੁਸੀਂ ਉਹਨਾਂ ਜੀ? ਮੈਨੂੰ ਐਕਚੁਅਲੀ ਉਹਦੇ ਬਾਰੇ ਪਤਾ ਨਹੀਂ ਸੀ, ਤੁਸੀਂ ਹੁਣ ਧਿਆਨ 'ਚ ਲਿਆਇਆ ਅਤੇ ਮੈਂ ਇਨਕੁਆਇਰੀ ਕਰ ਰਿਹਾ, ਬੰਦਿਆਂ ਨੂੰ ਬੁਲਾਇਆ ਅਤੇ ਦੇਖਦੇ ਹਾਂ ਕੀ ਇਹਦੇ 'ਚ ਹੈ, ਅਤੇ ਜੇ ਕੁਝ ਇਹਦੇ 'ਚ ਲੱਗੇਗਾ ਤਾਂ ਅਸੀਂ ਉਹਨਾਂ ਦੇ ਅਗੇਂਸਟ ਐਕਸ਼ਨ ਲਵਾਂਗੇ। ਇਹ ਸਰ, ਕੀ ਸਰਕਾਰੀ ਅਦਾਰੇ ਵਿੱਚ ਐਸਾ ਕੰਮ ਕਰਨਾ ਜ਼ਰੂਰੀ ਹੈਗਾ ਜਾਂ ਕਰ ਸਕਦੇ ਆਪਾਂ? ਨਹੀਂ ਜੀ, ਨਹੀਂ, ਇਹੋ ਜਿਹਾ ਕੋਈ ਕੰਮ ਨਹੀਂ ਕਰ ਸਕਦੇ ਜੀ। ਅਤੇ ਮੈਂ ਦੇਖਦਾ ਕੀ ਐਕਚੁਅਲੀ ਕੀ ਫੈਕਟਸ ਹੈਗੇ ਆ, ਮੈਂ ਉਹਨਾਂ ਨੂੰ ਗੋ ਥਰੂ ਕਰਦਾ ਫੈਕਟਸ ਨੂੰ, ਅਤੇ ਮੈਂ ਬੰਦੇ ਵੀ ਬੁਲਾਏ ਜਿਹੜੇ ਜਿਨ੍ਹਾਂ ਦੀ ਡਿਊਟੀ ਸੀਗੀ ਕੱਲ੍ਹ ਇੱਥੇ ਰਾਤ ਨੂੰ, ਅਤੇ ਉਹਨਾਂ ਦੀ ਸਟੇਟਮੈਂਟ ਲੈਂਦੇ ਹਾਂ, ਫਿਰ ਦੇਖਦੇ ਹਾਂ ਕੀ ਆਉਂਦਾ। ਸਰ, ਦਫ਼ਤਰ ਕਿੰਨੇ ਵਜੇ ਕਲੋਜ਼ ਹੋ ਜਾਂਦਾ ਜੀ? 5 ਵਜੇ। 5 ਵਜੇ ਹੋ ਜਾਂਦਾ, ਅਤੇ ਉਸ ਤੋਂ ਬਾਅਦ ਜਿਹੜਾ ਗੇਟ ਤੁਹਾਡਾ ਖੁੱਲ੍ਹਾ ਰਹਿੰਦਾ ਵਾ, ਅਤੇ ਕਿਸ ਦੀ ਜ਼ਿੰਮੇਵਾਰੀ 'ਤੇ ਖੁੱਲ੍ਹਾ ਰਹਿੰਦਾ ਸਰ? ਦੇਖੋ, 5 ਵਜੇ ਤੋਂ ਬਾਅਦ ਕਈ ਵਾਰ ਤਾਂ ਇਹ ਹੁੰਦਾ ਵੀ ਕੁਛ ਅਫੀਸ਼ੀਅਲ ਕੰਮ ਹੁੰਦਾ, ਥੋੜ੍ਹਾ ਲੇਟ ਹੋ ਜਾਂਦਾ। ਚੌਕੀਦਾਰ ਦੀ ਡਿਊਟੀ ਹੁੰਦੀ ਹੈ 5 ਵਜੇ ਤੋਂ ਬਾਅਦ ਇੱਥੇ ਸਾਡੇ।